ਇਹ ਕੋਈ ਇੱਥੇ ਸਤਸੰਗ ਸੁਣਨ ਨਹੀਂ ਬੈਠੇ ਹੋਏ ਲੋਕ, ਇਹ ਉਹ ਨੌਜਵਾਨ ਨੇ ਜਿਨ੍ਹਾਂ ਦੇ ਅੰਦਰ ਹੁਣ ਇੱਕ ਤਾਂ ਜਾਗੀ ਹੈ ਕਿ ਅਸੀਂ ਸਰਦਾਰ ਬਣਨਾ ਹੈ ਅਤੇ ਸਰਦਾਰੀ ਨੂੰ ਕਾਇਮ ਰੱਖਣਾ ਹੈ। ਜਦੋਂ ਨੌਜਵਾਨ ਵਿਦੇਸ਼ ਦੇ ਲਈ ਜਹਾਜ਼ ਤੋਂ ਚੜ੍ਹਦਾ ਹੈ ਤਾਂ ਉਸ ਵੇਲੇ ਉਸਦੇ ਸਿਰ 'ਤੇ ਪੱਗ ਹੁੰਦੀ ਹੈ, ਪਰ ਵਿਦੇਸ਼ ਦੇ ਵਿੱਚ ਆ ਕੇ ਟੋਪੀ ਰਹਿ ਜਾਂਦੀ ਹੈ। ਜਿਹੜੀ ਪਰੇਸ਼ਾਨੀ ਹੈ ਉਹ ਤੁਹਾਨੂੰ ਦੋ ਰਸਤੇ 'ਤੇ ਤੋਰਦੀ ਹੈ, ਜਾਂ ਤਾਂ ਦੁਖੀ ਹੋਇਆ ਬੰਦਾ ਨਸ਼ਿਆਂ ਦੇ ਦਰਿਆ 'ਚ ਚੁੱਪੀ ਮਾਰਦਾ ਪਰੇਸ਼ਾਨ ਹੋਇਆ, ਅਤੇ ਜਾਂ ਫਿਰ ਜੇ ਉਹਨੂੰ ਗੁਰੂ ਦੀ ਸੰਗਤ ਮਿਲ ਜਾਵੇ, ਗੁਰਬਾਣੀ ਦੀ ਸੰਗਤ ਮਿਲ ਜਾਵੇ, ਤਾਂ ਸਾਡੇ ਅੰਦਰੋਂ ਉਹ ਜਿਹੜਾ ਗੁਰਬਾਣੀ ਦਾ ਜਿਹੜਾ ਉਹ ਅਹਿਸਾਸ ਸਾਡੇ ਅੰਦਰ ਜਾਗਦੇ ਆ, ਉਹ ਫੁੱਲ ਸਾਡੇ ਅੰਦਰੋਂ ਉਮੜਦਾ ਆ, ਅਸੀਂ ਸਿਰ 'ਤੇ ਦਸਤਾਰ ਸੀ ਉਹਨਾਂ ਨੂੰ। ਜਿਹਨਾਂ ਨੂੰ ਦਸਤਾਰ ਦੇ ਅਰਥ ਨਹੀਂ ਸੀ ਪਤਾ, ਉਹ ਸਹਿਜ ਪਾਠ ਕਰ ਰਹੇ ਆ, ਆਪ ਖੁਦ ਗੁਰਬਾਣੀ ਦਾ ਜਾਪ ਕਰਦੇ ਆ, ਦਸਤਾਰਾਂ ਸਜਾਉਂਦੇ ਆ। 99% ਨੌਜਵਾਨ ਸਾਫ ਸੂਰਤ ਹੋ ਗਏ। ਕੰਪੈਰੀਜ਼ਨ ਪੰਜਾਬ ਦੇ ਨਾਲ ਕਰੀਏ, ਪੰਜਾਬ ਦੇ ਵਿੱਚ ਵੀ ਨੌਜਵਾਨ ਬਹੁਤ ਪਤਿਤ ਹੋ ਰਹੇ ਨੇ, ਬੇਸ਼ੱਕ ਉੱਥੇ ਮੁਕਾਬਲੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ, ਪਰ ਅਜਿਹਾ ਰੁਝਾਨ ਜਾਂ ਇਸ ਤਰ੍ਹਾਂ ਬੈਠ ਕੇ ਕਦੇ ਜਮਾਤਾਂ ਲੱਗ ਗਈ ਨਹੀਂ ਬੈਠੀ। ਇਹ ਦਸਤਾਰਾਂ ਵੀ ਪੰਜਾਬ ਦੇ ਵਿਗੜੇ ਸਿੰਗਰਾਂ ਨੂੰ ਵੇਖ ਕੇ ਨਹੀਂ ਆਈਆਂ ਇਹਨਾਂ ਦੇ ਸਿਰਾਂ 'ਤੇ, ਵੀ ਫਲਾਨਾ ਸਿੰਗਰ ਸਜਾਉਂਦਾ ਸੀ, ਫਲਾਨਾ ਐਕਟਰ, ਇਹਨਾਂ ਲਈ ਇਹਨਾਂ ਦੇ ਐਕਟਰ, ਇਹਨਾਂ ਦੇ ਵੱਡ ਵਡੇਰੇ, ਇਹਨਾਂ ਦੇ ਰੋਲ ਮਾਡਲ ਸਿਰਫ ਸਾਹਿਬਜ਼ਾਦੇ ਨੇ, ਇਤਿਹਾਸ ਹੈ, ਉਹ ਸ਼ਹੀਦ ਹੈ ਜਿਨ੍ਹਾਂ ਨੇ ਬੰਦ ਬੰਦ ਕਟਾਇਆ ਅਤੇ ਖੋਪਲੀਆਂ। ਮੈਂ ਸੋਚਦਾ ਪੰਜਾਬੀ ਦਾ ਕਤਲ ਕਰਨਾ ਹੀ ਗੁਰਬਾਣੀ ਨਾਲ ਤੋੜਨਾ ਹੈ ਬੱਚੇ। 5-7 ਨੌਜਵਾਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਸੀ, ਅੱਜ 225 ਨੌਜਵਾਨ ਦੁਬਈ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਗੁਰਬਾਣੀ ਦੀ ਸੰਥਿਆ ਲੈ ਰਿਹਾ ਆ, ਅਤੇ ਨਾਲ ਨਾਲ ਦਸਤਾਰ ਜਮਾਤਾਂ ਦੇ ਨਾਲ ਜੁੜਿਆ ਹੋਇਆ। ਸੀਸ 'ਤੇ ਸਜਾਓ ਸੋਹਣੀ ਪੱਗ ਬਈ ਪੰਜਾਬੀ, ਵੇਖੇ ਤੁਹਾਡੀ ਸ਼ਾਨ ਸਾਰਾ ਜੱਗ ਬਈ ਪੰਜਾਬੀ। ਇਹ 17 ਕਵੀ ਨੂੰ ਇਸ ਕਰਕੇ ਲਿਖਣੀਆਂ ਪਈਆਂ ਕਿਉਂਕਿ ਜਿਹੜੇ ਪੰਜਾਬੀ ਪੱਗ ਦੇ ਨਾਲ ਨਾਲ ਔਰ ਸਰਦਾਰੀ ਦੇ ਨਾਲ ਹੀ ਪਹਿਚਾਣੇ ਜਾਂਦੇ ਸੀ, ਅੱਜ ਉਹਨਾਂ ਦੇ ਸਿਰਾਂ ਤੋਂ ਪੱਗਾਂ ਲੱਥ ਗਈਆਂ, ਅੱਜ ਉਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਦੀ ਥਾਂ ਟੋਪੀਆਂ ਜਾਂ ਫਿਰ ਕੇਸ ਕਤਲ ਵੇਖੇ ਜਾਂਦੇ। ਇਹ ਜੋ ਤਸਵੀਰ ਹੁਣੇ ਤੁਸੀਂ ਵੇਖੀ ਹੈ ਇਹ ਪੰਜਾਬ ਦੀ ਨਹੀਂ ਹੈ, ਅਸੀਂ ਇਸ ਵੇਲੇ ਦੁਬਈ ਦੇ ਵਿੱਚ ਹਾਂ, UAE ਦੇ ਵਿੱਚ ਹਾਂ, ਅਤੇ ਜਿਹੜਾ ਕੰਮ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਉਹ UAE ਦੇ ਨੌਜਵਾਨ ਜਾਂ ਫਿਰ ਆਪਾਂ ਕਹਿ ਲਈਏ ਕਿ ਜਿਹੜੇ ਲੋਕ ਦਰਦ ਰੱਖਦੇ ਨੇ, ਸਿੱਖੀ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਨੇ, ਸਰਦਾਰੀ ਨੂੰ ਕਾਇਮ ਰੱਖਣਾ ਚਾਹੁੰਦੇ ਨੇ, ਉਹ ਲੋਕ ਇਹ ਉੱਦਮ ਕਰੇ। ਇਹ ਕੋਈ ਇੱਥੇ
ਸਤਸੰਗ ਸੁਣਨ ਨਹੀਂ ਬੈਠੇ ਹੋਈ ਹੋ। ਇਹ ਉਹ ਨੌਜਵਾਨ ਨੇ ਜਿਨ੍ਹਾਂ ਦੇ ਅੰਦਰ ਹੁਣ ਇੱਕ ਤਾਂ ਜਾਗੀ ਹੈ ਕਿ ਅਸੀਂ ਸਰਦਾਰ ਬਣਨਾ ਹੈ ਅਤੇ ਸਰਦਾਰੀ ਨੂੰ ਕਾਇਮ ਰੱਖਣਾ। ਜੀ ਹਾਂ, ਇਸ ਵੇਲੇ ਜਮਾਤ ਲੱਗੀ ਹੋਈ ਹੈ। ਜਮਾਤ ਹੈ ਜੀ ਪੱਗਾਂ ਬੰਨਣ, ਪੱਗਾਂ ਸਿਖਲਾਈਆਂ ਜਾਂਦੀਆਂ ਨੇ ਯੂ ਆਈ ਦੇ ਵੱਖ ਵੱਖ ਥਾਵਾਂ 'ਤੇ, ਵੱਖ ਵੱਖ ਗੁਰੂ ਘਰਾਂ ਦੇ ਵਿੱਚ ਇਹ ਸਿਖਲਾਈ ਦਿੱਤੀ ਜਾਂਦੀ ਹੈ। ਅਤੇ ਇਹ ਸਿਖਲਾਈ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਦੇ ਵੱਲੋਂ ਦਿੱਤੀ ਜਾਂਦੀ ਹੈ। ਅਤੇ ਮੇਰੇ ਨਾਲ ਇਸ ਵੇਲੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਪ੍ਰਗਟ ਸਿੰਘ ਮੋਗਾ ਜੀ ਵੀ ਨੇ, ਜੋ ਇਸੇ ਹੀ ਲਹਿਰ ਦਾ ਹਿੱਸਾ ਨੇ। ਅਤੇ ਇੱਥੇ ਨੌਜਵਾਨ ਇਕੱਠੇ ਹੋਏ ਨੇ ਜਿੱਥੇ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਪ੍ਰਗਟ ਸਿੰਘ ਜੀ ਮੋਗਾ ਤੋਂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਜੀ ਪੰਜਾਬੀ ਲੋਕ ਯੋਜਨਾ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਜਿਹੜਾ ਕਾਰਜ ਪੰਜਾਬ ਦੇ ਵਿੱਚ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਵੀ ਨੌਜਵਾਨ ਪਤਿਤ ਹੋ ਰਹੇ ਨੇ। ਅਤੇ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਵਿਦੇਸ਼ਾਂ ਵੱਲ ਨੂੰ ਨੌਜਵਾਨ ਜਿਹੜੇ ਆ ਰਹੇ ਨੇ, ਪਰ ਜਦੋਂ ਨੌਜਵਾਨ ਵਿਦੇਸ਼ ਦੇ ਲਈ ਜਹਾਜ਼ ਤੋਂ ਚੜ੍ਹਦਾ ਤਾਂ ਉਸ ਵੇਲੇ ਉਸਦੇ ਸਿਰ 'ਤੇ ਪੱਗ ਹੁੰਦੀ ਹੈ, ਪਰ ਵਿਦੇਸ਼ ਦੇ ਵਿੱਚ ਆ ਕੇ ਟੋਪੀ ਰਹਿ ਜਾਂਦੀ ਹੈ। ਕਾਰਨ ਇਹਦੇ 'ਚ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਜਦੋਂ ਅਸੀਂ ਆਪਣੀ ਮਿੱਟੀ ਤੋਂ ਦੂਰ ਹੁੰਦੇ ਹਾਂ ਜੀ, ਆਪਣੇ ਮਾਪਿਆਂ ਤੋਂ ਦੂਰ ਹੁੰਦੇ ਹਾਂ, ਸਾਡੇ ਅੰਦਰ ਇੱਕ ਵਿਛੋੜੇ ਦਾ ਦੁੱਖ ਹੁੰਦਾ। ਕਿਉਂਕਿ ਇੱਥੇ ਵਿਦੇਸ਼ਾਂ 'ਚ ਦੇਖੀਦਾ, ਖਾਸ ਕਰਕੇ ਅਰਬ ਕੰਟਰੀਆਂ 'ਚ, ਦੁਬਈ 'ਚ, ਵੀ ਆਪ ਸਾਰੇ ਕੰਮ ਕਾਰ ਕਰਨੇ, ਮਿਹਨਤ ਮੁਸ਼ਕਤ ਕਰਨੀ, ਰੋਟੀ ਆਪ ਬਣਾਉਣੀ ਬੰਦਿਆਂ ਨੇ, ਅਤੇ ਬੜੀ ਘਾਲਣਾ ਆ, ਬੜੀ ਗਰਮੀ 'ਚ ਕੰਮ ਕਰਨਾ ਪੈਂਦਾ। ਜਿਹੜੀ ਪਰੇਸ਼ਾਨੀ ਆ ਉਹ ਤੁਹਾਨੂੰ ਦੋ ਰਸਤੇ 'ਤੇ ਤੋਰਦੀ ਹੈ। ਜਾਂ ਤਾਂ ਦੁਖੀ ਹੋਇਆ ਬੰਦਾ ਨਸ਼ਿਆਂ ਦੇ ਦਰਿਆ 'ਚ ਚੁੱਪੀ ਮਾਰਦਾ, ਪਰੇਸ਼ਾਨ ਹੋਇਆ, ਅਤੇ ਜਾਂ ਫਿਰ ਜੇ ਉਹਨੂੰ ਗੁਰੂ ਦੀ ਸੰਗਤ ਮਿਲ ਜਾਵੇ, ਗੁਰਬਾਣੀ ਦੀ ਸੰਗਤ ਮਿਲ ਜਾਵੇ, ਤਾਂ ਸਾਡੇ ਅੰਦਰੋਂ ਉਹ ਜਿਹੜਾ ਗੁਰਬਾਣੀ ਦਾ ਜਿਹੜਾ ਉਹ ਅਹਿਸਾਸ ਸਾਡੇ ਅੰਦਰ ਜਾਗਦੇ ਆ, ਉਹ ਫੁੱਲ ਸਾਡੇ ਅੰਦਰੋਂ ਉਮੜਦਾ ਆ, ਅਸੀਂ ਸਿਰ 'ਤੇ ਦਸਤਾਰ ਸਜਾਉਂਦੇ ਹਾਂ। ਇਹਨਾਂ 'ਚੋਂ ਬਹੁਤ ਸਾਰੇ ਨੌਜਵਾਨ ਉਹੀ ਸੀ, ਨਵੇਂ ਨਵੇਂ ਆਏ ਸੀ, ਬੇਰੁਜ਼ਗਾਰੀ ਦੇ ਕਾਰਨ ਬੜੀਆਂ ਪਰੇਸ਼ਾਨੀਆਂ ਸੀ ਘਰਾਂ ਦੇ ਵਿੱਚ, ਏਜੰਟਾਂ ਨੂੰ ਪੈਸੇ ਦੇ ਕੇ ਬੜੀਆਂ ਮੁਸੀਬਤਾਂ ਅਤੇ ਮੁਸ਼ਕਤਾਂ ਤੋਂ ਬਾਅਦ ਇਹਨਾਂ ਨੇ ਇਸ ਅਰਬ ਕੰਟਰੀਆਂ ਦੇ ਵਿੱਚ ਬੜੀ ਮਿਹਨਤ ਕੀਤੀ ਆ। ਅਤੇ ਜਿਵੇਂ ਜਿਵੇਂ ਗੁਰੂ ਘਰ ਫਿਰ ਸਮਾਂ ਇਹਨਾਂ ਨੇ ਆ ਕੇ ਦਿੱਤਾ, ਕਿਉਂਕਿ ਹੋਰ ਸਾਧਨ ਵੀ ਇੱਥੇ ਨਹੀਂ, ਬੰਦਾ ਸ਼ੁੱਕਰਵਾਰ ਹੀ ਵਿਹਲਾ ਹੁੰਦਾ, ਸਾਡੇ ਤਾਂ ਤਕਰੀਬਨ ਸਾਰੇ ਦਿਹਾੜੀ ਨੌਜਵਾਨ ਵਿਹਲੇ ਹੁੰਦੇ, ਇਸ ਕਰਕੇ ਨਸ਼ਿਆਂ 'ਤੇ ਲੱਗਦੇ ਆ। ਇਹਨਾਂ ਕੋਲ ਹੁੰਦਾ ਵੀ ਸ਼ੁੱਕਰਵਾਰ ਆ, ਜਦੋਂ ਗੁਰਦੁਆਰਾ ਸਾਹਿਬ ਆਉਂਦੇ ਆ, ਜਦੋਂ ਦਲੀਪ ਸਿੰਘ ਦੀ ਗੱਲ ਚੱਲਦੀ ਹੈ, ਮਹਾਰਾਣੀ ਜਿੰਦ ਕੌਰ ਦੀ ਗੱਲ ਚੱਲਦੀ ਹੈ, ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦਾ ਇਤਿਹਾਸ ਇਹਨਾਂ ਨੌਜਵਾਨਾਂ ਦੇ ਅੰਦਰ ਜਾਂਦਾ ਆ, ਤਾਂ ਉਹ ਗੱਲ ਸਾਬਤ ਹੁੰਦੀ ਆ ਵੀ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਮਿਟਾ ਸਕਦਾ ਨਹੀਂ, ਸਾਨੂੰ ਝੁਕਾ ਸਕਦਾ ਨਹੀਂ, ਅਜੇ ਤਾਂ ਸਾਡੀਆਂ ਰਗਾਂ 'ਚ ਕਲਗੀ ਧਰਦਾ ਖੂਨ। ਇਹ ਜਾਗਦੀ ਨੌਜਵਾਨਾਂ ਦੇ ਵਿੱਚੋਂ ਇਹ ਚੀਜ਼, ਇਹੀ ਕਾਰਨ ਹੈ ਕਿ ਮੇਨ ਨੌਜਵਾਨ ਤੁਸੀਂ ਦੇਖ ਰਹੇ ਹਾਂ ਸਾਰੇ ਦਸਤਾਰਾਂ ਸਜਾਈਆਂ ਹੋਈਆਂ, ਜਿਹਨਾਂ ਪੂਰੀ ਨਹੀਂ ਸੀ ਕੀਤੀ ਆ, ਜਿਹਨਾਂ ਨੂੰ ਦਸਤਾਰ ਦੇ ਅਰਥ ਨਹੀਂ ਸੀ ਪਤਾ, ਉਹ ਸਹਿਜ ਪਾਠ ਕਰ ਰਹੇ ਆ, ਆਪ ਖੁਦ ਗੁਰਬਾਣੀ ਦਾ ਜਾਪ ਕਰਦੇ ਆ, ਦਸਤਾਰਾਂ ਸਜਾਉਂਦੇ ਆ। 99% ਨੌਜਵਾਨ ਸਾਫ਼ ਸੂਰਤ, ਵਿਛੋੜਾ ਦਰਦ ਤੁਹਾਨੂੰ ਚੰਗੇ ਪਾਸੇ ਲੈ ਕੇ ਜਾਂਦਾ, ਅਤੇ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦੀ ਮਿਹਰ ਕੀਤੀ ਆ ਜੀ। ਇਹਨਾਂ ਨੌਜਵਾਨਾਂ ਨੂੰ ਵੇਖ ਕੇ ਇਹ ਲੱਗ ਰਿਹਾ ਵੀ ਇੱਥੇ ਦੇ ਨੌਜਵਾਨ ਲੱਗਦਾ ਹੁਣ ਜਾਗਰੂਕ ਹੋ ਰਹੇ ਨੇ, ਪਰ ਗੱਲ ਦੋ ਮੁਲਕਾਂ ਦੀ ਕਰ ਲਈਏ, ਇਸ ਮੁਲਕ ਦੀ ਕਰ ਲਈਏ ਜਾਂ ਹੋਰ ਦੀ ਕਰ ਲਈਏ, ਕੰਪੈਰੀਜ਼ਨ ਪੰਜਾਬ ਦੇ ਨਾਲ ਕਰੀਏ, ਪੰਜਾਬ ਦੇ ਵਿੱਚ ਵੀ ਨੌਜਵਾਨ ਬਹੁਤ ਪਤਿਤ ਹੋ ਰਹੇ ਨੇ। ਬੇਸ਼ੱਕ ਉੱਥੇ ਮੁਕਾਬਲੇ, ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ, ਪਰ ਅਜਿਹਾ ਰੁਝਾਨ ਜਾਂ ਇਸ ਤਰ੍ਹਾਂ ਬੈਠ ਕੇ ਕਦੇ ਜਮਾਤਾਂ ਲੱਗਦੀਆਂ ਨਹੀਂ ਵੇਖੀ ਕਾਰਨ? ਉਹਦਾ ਮੇਨ ਕਾਰਨ ਇਹ ਵੀ ਹੈਗਾ ਜੀ, ਕਿਤੇ ਨਾ ਕਿਤੇ ਸਾਡਾ ਪ੍ਰਬੰਧਕ ਢਾਂਚਾ ਕਿਤੇ ਵੀ ਆ, ਚਾਹੇ ਵਿਦੇਸ਼ਾਂ 'ਚ ਆ, ਅਸੀਂ ਉਹ ਸਹਿਰਦਤਾ ਨਹੀਂ ਹੈਗੀ ਉਨੀ, ਜੋ ਸਹਿਰਦਤਾ ਨਾਲ ਕਾਰਜ ਕਰੀਏ ਉੱਥੇ ਵੀ ਸਾਰਾ ਕੁਝ ਹੋ ਸਕਦਾ ਜੀ। ਮੈਨੂੰ ਮਾਣ ਹੈ ਇਸ ਗੱਲ 'ਤੇ ਵੀ ਬਹੁਤ ਸਾਰੇ ਨੌਜਵਾਨਾਂ ਨੇ ਇੱਥੋਂ ਆਪਦਾ ਸੰਬੰਧ ਇਕੱਤਰ ਕਰਕੇ 2-2.5 ਮਹੀਨੇ ਪੰਜਾਬ ਜਾਂਦੇ ਆ,
ਉੱਥੇ ਦਸਤਾਰ ਮੁਕਾਬਲੇ ਕਰਾਏ। 100 ਸਾਲ ਗੁਰਬਾਣੀ ਦੇ ਇਤਿਹਾਸ ਨਾਲ ਸੰਬੰਧਿਤ ਉਹਨਾਂ ਨੇ ਸਾਰਾ ਰੋਪੜ ਜ਼ਿਲ੍ਹਾ ਹੋਇਆ, ਹੋਰ ਸਾਰਾ ਪਿੰਡ ਨੱਥੂ ਕੇ ਮੋਗਾ ਜਲੰਧਰ ਏਰੀਏ 'ਚ 10-12 ਦਸਤਾਰ ਮੁਕਾਬਲੇ ਉਹਨਾਂ ਨੌਜਵਾਨਾਂ ਵੱਲੋਂ ਕਰਵਾਏ। ਇੱਥੋਂ ਜਾ ਕੇ ਇਹ ਉਪਰਾਲੇ ਕਰਦੇ ਆ, ਪਰ ਉੱਥੇ ਇਹ ਉਪਰਾਲੇ ਬਹੁਤ ਘੱਟ ਮਿਲਦੇ ਆ। ਉਹਦਾ ਮੇਨ ਕਾਰਨ ਆ ਵੀ ਸਾਡੇ 'ਚ ਓਨੀ ਸਹਿਰਦਤਾ ਨਹੀਂ, ਸਾਡੇ 'ਚ ਓਨੀ ਭਾਵਨਾ ਨਹੀਂ ਹੈਗੀ, ਅਤੇ ਅਸੀਂ ਵੰਡੇ ਹੋਏ ਹਾਂ। ਅਸੀਂ ਹੋਰ ਨਿੱਕੇ ਮੋਟੇ ਕੰਮਾਂ 'ਚ ਸਾਡਾ ਦਿਮਾਗ ਜ਼ਿਆਦਾ ਵੰਡਿਆ ਰਹਿੰਦਾ। ਗੁਰਦੁਆਰਾ ਸਾਹਿਬ ਜਿਹੜੇ ਉਹ ਖਾਲੀ ਰਹਿੰਦੇ ਆ, ਅਤੇ ਸਿਖਾਉਣ ਵਾਲੇ ਵੀ ਬਹੁਤ ਘੱਟ ਆ, ਸਿੱਖਣ ਵਾਲਿਆਂ ਦੀ ਗਿਣਤੀ ਵੀ ਬਹੁਤ ਘੱਟ ਆ, ਭਾਵਨਾ ਵੀ ਸਾਡੇ 'ਚ ਓਨੀ ਨਹੀਂ ਹੈਗੀ। ਪਰ ਇੱਥੋਂ ਜੇ ਸਾਡਾ ਸੁਨੇਹਾ ਜਾਵੇ ਤਾਂ ਸ਼ਾਇਦ ਉੱਥੇ ਕੁਛ ਕਰਨ ਵਾਲੇ ਜੇ ਕੁਛ ਕਰਨ ਤਾਂ ਵਾਹਿਗੁਰੂ ਮੇਹਰ ਕਰੇਗਾ ਆਉਣ ਵਾਲੇ ਸਮੇਂ 'ਚ। ਪੰਜਾਬ 'ਚ ਵੀ ਬਹੁਤ ਵਧੀਆ ਨੌਜਵਾਨ ਹੈਗੇ, ਕਰ ਵੀ ਰਹੇ ਆ ਜਿੰਨੀ ਜੋਗੇ ਹੈਗੇ ਆ, ਅਤੇ ਉਹਨਾਂ ਨੂੰ ਵੀ ਸਾਈਦਾ ਜਿਹੜੀ ਉਸ ਹਨੇਰੇ ਵਿੱਚ ਦੀਵਾ ਲੈ ਕੇ ਤੁਰੇ ਹੋਏ ਆ, ਆਪਣੇ ਵੱਲੋਂ ਯਤਨ ਕਰ ਰਹੇ ਆ। ਠੀਕ ਹੈ ਜੀ। ਅਤੇ ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਦੀ ਗੱਲ ਕਰੀਏ, ਬਾਬਾ ਜੁਝਾਰ ਸਿੰਘ ਦਸਤਾਰ ਲਹਿਰ ਹੋਂਦ ਵਿੱਚ ਕਦੋਂ ਹੁੰਦੀ ਹੈ ਅਤੇ ਕਿਉਂ ਲੋੜ ਪਈ ਹੈ ਇਹ ਲਹਿਰ ਬਣਾਉਣ? ਲਗਭਗ ਤਕਰੀਬਨ 3 ਸਾਲ ਦਾ ਸਮਾਂ ਹੋ ਚੁੱਕਿਆ ਜੀ, 3 ਸਾਲ ਤੋਂ ਜ਼ਿਆਦਾ ਆ ਜੀ, ਅਤੇ ਹਰ ਸਾਲ ਦਸਤਾਰ ਮੁਕਾਬਲਾ ਸਾਹਿਬਜ਼ਾਦਿਆਂ ਦੀ ਯਾਦ 'ਚ ਕਰਵਾਇਆ ਜਾਂਦਾ ਆ। 6-7 ਗੁਰਦੁਆਰਿਆਂ 'ਚ ਇੱਦਾਂ ਹੀ ਦਸਤਾਰ ਦੀਆਂ ਜਮਾਤਾਂ, ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਦਾ ਪ੍ਰਚਾਰ ਹੁੰਦਾ। ਸੰਗਠਨ ਸੰਸਥਾਵਾਂ ਜਿਹੜੀਆਂ ਹੋਂਦ 'ਚ ਆਉਂਦੀਆਂ ਜੀ, ਉਹ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਸਾਰਾ ਕਾਰਜ ਹੁੰਦਾ। ਸਾਨੂੰ ਲੱਗਦਾ ਸੀ ਵੀ ਇਕੱਲਾ ਭਰਾ ਅਸੀਂ ਇਹ ਕੰਮ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਸਾਹਿਬਜ਼ਾਦਿਆਂ ਵਿੱਚੋਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜਿਹੜੇ ਹੋਏ ਨੇ, ਉਹਨਾਂ ਦੀ ਮਹਾਨ ਘਾਲਣਾ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਬਾਬਾ ਜੁਝਾਰ ਸਿੰਘ ਦਾ ਨਾਮ ਇਸ ਜਥੇਬੰਦੀ ਨੂੰ ਦਿੱਤਾ ਸੀਗਾ, ਜਿਨ੍ਹਾਂ ਨੇ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਸੀ। ਉਸ ਮਹਾਨ ਯੋਧੇ ਨੂੰ ਸਜਦਾ ਸਲਾਮ, ਜਿਨ੍ਹਾਂ ਨੇ ਬੜੇ ਪਰ ਉਪਕਾਰ ਕੌਮ ਕੀਤੇ ਆ, ਉਹਨਾਂ ਦੇ ਨਾਂ 'ਤੇ ਇੱਕ ਸੰਗਠਨ ਬਣਾਇਆ ਵੀ ਅਸੀਂ ਤੇਜ਼ੀ ਨਾਲ ਵੱਡੇ ਪੱਧਰ 'ਤੇ ਕੰਮ ਕਰ ਸਕਦੇ ਹਾਂ। ਪਰ ਉਹ ਆਸਾਂ ਦਾ ਬੂਰ ਜਿਹੜਾ ਉਹ ਆਸਾਂ ਨੂੰ ਸਾਡੇ ਬੂਰ ਲੱਗਿਆ, ਵਾਹਿਗੁਰੂ ਨੇ ਮਿਹਰ ਕੀਤੀ। 5-7 ਨੌਜਵਾਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਸੀ, ਅੱਜ 225 ਨੌਜਵਾਨ ਦੁਬਈ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਗੁਰਬਾਣੀ ਦੀ ਸੰਥਿਆ ਲੈ ਰਿਹਾ ਆ, ਅਤੇ ਨਾਲ ਨਾਲ ਦਸਤਾਰ ਜਮਾਤਾਂ ਦੇ ਨਾਲ ਜੁੜਿਆ ਹੋਇਆ। ਨੌਜਵਾਨਾਂ ਦੀ ਭਾਵਨਾ ਵੱਲ ਵੇਖ ਕੇ, ਇਹਨਾਂ ਦੀ ਸੋਚ ਵੱਲ ਵੇਖ ਕੇ, ਇਹਨਾਂ ਦੀ ਮਿਹਨਤ ਵੱਲ ਵੇਖ ਕੇ ਗੁਰੂ ਦੀ ਬਖਸ਼ਿਸ਼ ਹੋਈ, ਅਤੇ ਇਹ ਜਿਹੜਾ ਸੰਗਠਨ ਆ ਇਹ ਵੱਡੇ ਰੂਪ ਦੇ ਵਿੱਚ ਆਪਣੀਆਂ ਸੇਵਾਵਾਂ ਅੱਜ ਵੱਖ ਵੱਖ ਜਗ੍ਹਾ 'ਤੇ ਨਿਭਾ ਰਿਹਾ। ਵੱਖ ਵੱਖ ਥਾਵਾਂ 'ਤੇ ਸੇਵਾਵਾਂ ਨਿਭਾ ਰਹੇ ਹੋ, ਕਿਹੜੀਆਂ ਸੇਵਾਵਾਂ ਨੇ? ਕੀ ਸਿਰਫ ਦਸਤਾਰ ਜਮਾਤਾਂ ਹੀ ਲਗਾਉਣਾ, ਦਸਤਾਰ ਲਹਿਰ ਦਾ ਕੰਮ, ਜਾਂ ਇਸ ਦੇ ਵਿੱਚ ਕੋਈ ਹੋਰ ਸੇਵਾਵਾਂ ਵੀ ਜਿਹੜੀਆਂ ਸ਼ਾਮਿਲ? ਸਿਰ 'ਤੇ ਉਨ੍ਹਾਂ ਚਿਰ ਦਸਤਾਰ ਸਜਾਉਣ ਦਾ ਖਿਆਲ ਨਹੀਂ ਆ ਸਕਦਾ ਜੀ, ਜਿੰਨਾ ਚਿਰ ਸਾਡੇ ਅੰਦਰ ਬਾਬਾ ਫਤਿਹ ਸਿੰਘ ਦੀ ਗੱਲ ਨਹੀਂ ਚੱਲਦੀ, ਜਿੰਨਾ ਚਿਰ ਸਾਡੇ ਅੰਦਰ ਜਪਜੀ ਸਾਹਿਬ ਦੀ ਜੋਤ ਨਹੀਂ ਜਗਦੀ, ਆਨੰਦ ਸਾਹਿਬ ਦੀ ਬਾਣੀ ਦੇ ਵਿੱਚੋਂ ਸਿੱਖ ਆਨੰਦ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ, ਉਹਨਾਂ ਚਿਰ ਇਹ ਨਾ ਤਾਜ ਅਸੀਂ ਸਾਂਭ ਸਕਦੇ ਹਾਂ, ਨਾ ਅਸੀਂ ਇਹਦੀ ਕਦਰ ਕਰ ਸਕਦੇ। ਗੁਰਬਾਣੀ ਦੀਆਂ ਜਮਾਤਾਂ, ਸੰਥਿਆ ਦੀ ਜਮਾਤ, ਇਤਿਹਾਸ ਵਿਰਸਾ ਜਦੋਂ ਵੀਰਾਂ ਨਾਲ ਸਾਂਝਾ ਕੀਤਾ, ਉਦੋਂ ਇਹਨਾਂ ਦੇ ਅੰਦਰ ਇਹ ਜਗਿਆਸਾ ਆਈ ਵੀ ਸਾਡੇ ਸਿਰਾਂ 'ਤੇ ਦਸਤਾਰਾਂ ਸਜਾਉਣ ਵਾਲੇ ਸਾਡੇ ਗੁਰਸਿੱਖ ਭਰਾ ਮੈਦਾਨੇ ਜੰਗ 'ਚ ਸਾਡੇ ਵੀ ਜੂਝੇ, ਸਾਡੇ ਵੀ ਸ਼ਹਾਦਤਾਂ ਦਿੱਤੀਆਂ, ਮਾਵਾਂ ਨੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, 6 ਸਾਲ ਦੇ ਬੱਚੇ ਨੇਜਿਆਂ 'ਤੇ ਅਗਲਿਆਂ ਨੇ ਟੰਗੇ, ਉਹ ਚੀਜ਼ਾਂ ਨੇ ਨੌਜਵਾਨਾਂ ਨੂੰ ਇਸ ਪਾਸੇ ਲੈ ਕੇ ਆਉਂਦਾ। ਇਹ ਦਸਤਾਰਾਂ ਵੀ ਪੰਜਾਬ ਦੇ ਵਿਗੜੇ ਸਿੰਗਰਾਂ ਨੂੰ ਵੇਖ ਕੇ ਨਹੀਂ ਆਈਆਂ ਇਹਨਾਂ ਦੇ ਸਿਰਾਂ 'ਤੇ ਵੀ ਫਲਾਨਾ ਸਿੰਗਰ ਸਜਾਉਂਦਾ ਸੀ, ਫਲਾਨਾ ਐਕਟਰ, ਇਹਨਾਂ ਲਈ ਇਹਨਾਂ ਦੇ ਐਕਟਰ, ਇਹਨਾਂ ਦੇ ਵੱਡ ਵਡੇਰੇ, ਇਹਨਾਂ ਦੇ ਰੋਲ ਮਾਡਲ ਸਿਰਫ ਸਾਹਿਬਜ਼ਾਦੇ ਨੇ, ਇਤਿਹਾਸ ਹੈ, ਉਹ ਸ਼ਹੀਦ ਹੈ ਜਿਨ੍ਹਾਂ ਨੇ ਬੰਦ ਬੰਦ ਕਟਾਇਆ ਅਤੇ ਖੋਪਰੀਆਂ, ਉਹ ਚੀਜ਼ਾਂ ਨੇ ਇਹਨਾਂ ਨੂੰ ਅੰਦਰ ਆਇਆ ਵੀ ਜੋ ਪੱਗ ਬੰਨਣ ਵਾਲਾ ਬੰਦ ਬੰਦ ਕਟਾ ਗਿਆ, ਮੈਂ ਉਹਦਾ ਪੁੱਤ ਪੱਗ ਸਿਰ ਤੋਂ ਲਾਹ ਕੇ ਕਿੱਥੇ ਤੁਰਿਆ ਫਿਰ, ਮੈਂ ਕਿਹੜੇ ਰਸਤੇ ਤੁਰਿਆ? ਸ਼ਰਾਬ ਦੀਆਂ ਬੋਤਲਾਂ ਵੀ ਸੁੱਟਤੀਆਂ ਕਈਆਂ, ਪੰਜਾਬ ਜਿਵੇਂ ਜਿਵੇਂ ਇੱਥੇ ਆਏ ਨਸ਼ੇ ਵੀ ਕਈਆਂ ਛੱਡੇ ਆ, ਅਤੇ ਹੌਲੀ ਹੌਲੀ ਗੁਰੂ ਨੇ ਮਿਹਰ ਕੀਤੀ, ਦਸਤਾਰਾਂ ਵੀ ਇਹਨਾਂ ਗੁਰਬਾਣੀ ਦੀ ਰਹਿਮਤ ਕਰਕੇ, ਗੁਰੂ ਦੀ ਬਖਸ਼ਿਸ਼ ਕਰਕੇ
ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਇਹ ਬਖਸ਼ਿਸ਼ ਮੇਰੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਹੈ ਜੀ ਦੀ ਰਹਿਮਤ ਔਰ ਬਖਸ਼ਿਸ਼ ਦਾ ਸਦਕਾ ਵੀ ਨੌਜਵਾਨ ਇਸ ਪਾਸੇ ਮੁੜੇ ਆ ਜੀ ਕਿ ਜੋੜੇ ਦੇ ਨਾਲ ਨਾਲ ਕੂੜਾ ਵੀ ਸਾਂਭਿਆ ਜਾ ਰਿਹਾ। ਹਾਂਜੀ ਬਿਲਕੁਲ ਜੀ, ਜਿਵੇਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਸਹਿਯੋਗ ਨੌਜਵਾਨਾਂ ਦਾ ਹੈ ਨਾ, ਬੰਦਾ ਇਕੱਲਾ ਕੁਛ ਨਹੀਂ ਕਰ ਸਕਦਾ, ਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ, ਇੱਕ ਸੰਗਤ ਅਤੇ ਦੂਜਾ ਗੁਰੂ ਦਾ ਆਸਰਾ। ਪਿੱਛੇ ਲੋੜ ਮਹਿਸੂਸ ਹੋਈ ਵੀ ਵਿਦੇਸ਼ਾਂ ਵਿੱਚ ਕਿਤੇ ਵੀ ਉਹ ਆਮ ਸਕੂਲਾਂ 'ਚ ਪੰਜਾਬੀ ਦਾ ਪ੍ਰਬੰਧ ਨਹੀਂ, ਹੁਣ ਤਾਂ ਵੈਸੇ ਪੰਜਾਬ 'ਚ ਵੀ ਪੰਜਾਬੀ ਦਾ ਗਲਾ ਘੁੱਟਿਆ ਜਾਂਦਾ, ਬੋਰਡ ਵੀ ਸਾਨੂੰ ਅੰਗਰੇਜ਼ੀ 'ਚ ਦੱਸਦੇ ਆ, ਸਕੂਲਾਂ ਦੇ ਵਿੱਚ ਵੀ ਉੱਥੇ ਕੁਛ ਹੋ ਰਿਹਾ। ਉਹ ਤਾਂ ਚਲੋ ਹੈਗਾ, ਮੁਲਕ ਸਾਡਾ ਆਪਣਾ ਆ, ਇਹ ਅਸੀਂ ਇੱਥੇ ਕਮਾਉਣ ਆਏ ਹਾਂ, ਅਸੀਂ ਇੱਥੇ ਕਿਰਤ ਕਰਨ ਆਏ ਹਾਂ, ਇੱਥੇ ਤਾਂ ਚਲੋ ਉਹਨਾਂ ਦੀ ਬੋਲੀ ਸਾਰਾ ਕੁਛ ਬੱਚਿਆਂ ਨੂੰ ਨਹੀਂ ਉਹ ਚੀਜ਼ਾਂ ਮਿਲਦੀਆਂ। ਇਹ ਚੀਜ਼ ਸਾਨੂੰ ਇੱਥੇ ਮਹਿਸੂਸ ਹੋਈ ਫਿਰ ਗੁਰਦੁਆਰਿਆਂ 'ਚ ਅਸੀਂ ਪੰਜਾਬੀ ਦੀ ਜਮਾਤ ਜਿਹੜੀ ਸ਼ੁਰੂ ਕੀਤੀ, ਵੀਰ ਗੁਰਭੇਜ ਸਿੰਘ ਮੁਸਲਮਾ, ਵੀਰ ਜਤਿੰਦਰ ਸਿੰਘ ਸੰਘੇ, ਵੀਰ ਜਤਿੰਦਰ ਸਿੰਘ ਮੁਰਾਲਾ, ਸਾਰੇ ਵੀਰ ਰਲ ਮਿਲ ਕੇ ਇੱਥੇ ਹੁਣ ਊੜੇ ਦੀ ਗੱਲ ਹੋ ਰਹੀ ਹੈ, ਕਿਉਂਕਿ ਗੁਰਮੁਖੀ ਨਾਲ ਬੱਚਾ ਜੁੜੇਗਾ ਅਤੇ ਉਹ ਤਾਂ ਹੀ ਬਾਣੀ ਸਿੱਖ ਸਕਦਾ, ਤਾਂ ਹੀ ਗੁਰਬਾਣੀ। ਮੈਂ ਸੋਚਦਾ ਪੰਜਾਬੀ ਦਾ ਕਤਲ ਕਰਨਾ ਹੀ ਗੁਰਬਾਣੀ ਨਾਲ ਤੋੜਨਾ ਹੈ ਬੱਚੇ ਨੂੰ। ਅਗਲੇ ਤੁਹਾਨੂੰ ਪੰਜਾਬੀ ਨਾਲੋਂ ਨਹੀਂ ਦੂਰ ਕਰ ਰਹੇ, ਅਗਲੇ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਨਾਲੋਂ ਦੂਰ ਕਰ ਰਹੇ, ਆਪਣੇ ਵਿਰਸੇ ਨਾਲੋਂ ਦੂਰ ਕਰ ਰਹੇ ਆ, ਗੁਰਬਾਣੀ ਨਾਲੋਂ ਦੂਰ ਕਰ ਰਹੇ। ਸਾਨੂੰ ਲੱਗਿਆ ਜੇ ਊੜਾ ਯਾਦ ਰਹੂਗਾ, ਜੂੜਾ ਯਾਦ ਰਹੂਗਾ, ਜੇ ਊੜਾ ਯਾਦ ਰਹੂਗਾ ਤਾਂ ਇੱਕ ਓਅੰਕਾਰ ਸਿੱਖ ਦੇ ਜੀਵਨ ਵਿੱਚੋਂ ਕਦੇ ਵਿਸਰ ਨਹੀਂ ਸਕਦਾ। ਉਹ ਪਾਠ ਕਰੂਗਾ ਬੱਚਾ, ਗੁਰੂ ਸਾਹਿਬ ਦੀ ਲੜ ਲੱਗੂਗਾ, ਉਹਦਾ ਜੀਵਨ ਸੋਹਣਾ ਬਣੇਗਾ ਜੀ। ਬਿਲਕੁਲ, ਸੋ ਅਸੀਂ ਜ਼ਰੂਰ, ਕਿਉਂਕਿ ਊੜੇ ਦੀ ਗੱਲ ਹੋਈ ਹੈ ਤਾਂ ਅਸੀਂ ਵੀ ਇਹੀ ਕਹਾਂਗੇ ਹਮੇਸ਼ਾ, ਅਕਸਰ ਵੀ ਇਹ ਗੱਲ ਮੈਂ ਜ਼ਰੂਰ ਕਹਿੰਦਾ ਹੁੰਦਾ ਕਿ ਪੰਜਾਬੀ ਨੂੰ ਜ਼ਰੂਰ ਸੰਭਾਲੋ। ਪੰਜਾਬੀ ਸਾਡੀ ਮਾਂ ਬੋਲੀ ਹੈ, ਜਦੋਂ ਤੱਕ ਤੁਸੀਂ ਠੀਕ ਹੈ, ਅਸੀਂ ਦੂਜੀਆਂ ਭਾਸ਼ਾਵਾਂ ਦਾ ਵੀ ਸਾਨੂੰ ਗਿਆਨ ਹੋਣਾ ਚਾਹੀਦਾ, ਉਹ ਸਾਡੇ ਚਾਚੇ ਤਾਇਆਂ ਦਾ ਕੰਮ ਰੋਲ ਅਦਾ ਕਰਦੀਆਂ ਨੇ, ਪਰ ਜੋ ਪਿਆਰ ਮਾਂ ਨੇ ਦੇ ਦੇਣਾ ਉਹ ਚਾਚੇ ਤਾਏ ਨਹੀਂ ਦੇ ਸਕਦੇ। ਤੁਸੀਂ ਭਲੀ ਭਾਂਤੀ ਜਾਣਦੇ ਹੋ, ਅਸੀਂ ਚਾਚੇ ਤਾਇਆਂ ਦਾ ਸਤਿਕਾਰ ਕਰਦੇ ਹਾਂ, ਪਰ ਜੋ ਪਿਆਰ ਸਾਡੀ ਮਾਂ ਤੋਂ ਸਾਨੂੰ ਮਿਲਦਾ ਸਾਨੂੰ ਚਾਚੇ ਤਾਇਆਂ ਤੋਂ ਨਹੀਂ ਮਿਲ ਸਕਦਾ। ਇਸ ਕਰਕੇ ਪੰਜਾਬੀ ਕੋਈ ਵੀ ਭਾਸ਼ਾ ਤੁਸੀਂ ਜਿਸ ਦੇਸ਼ ਦੇ ਵਿੱਚ ਰਹਿੰਦੇ ਹੋ, ਤੁਹਾਡੀ ਮਾਤਰ ਭਾਸ਼ਾ ਜਿਹੜੀ ਹੈਗੀ ਉਹਨੂੰ ਮਾਂ ਹੀ ਸਮਝੋ, ਤਾਂ ਹੀ ਤੁਸੀਂ ਆਪਣਾ ਬੱਚਿਆਂ ਵਾਂਗੂ ਉਸ ਤੋਂ ਪਿਆਰ ਲੈ ਸਕਦੇ। ਅਤੇ ਨੌਜਵਾਨ ਹੈਗੇ ਨੇ, ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਦਸਤਾਰ ਸਜਾ ਕੇ ਸਾਡੇ ਨੇ ਜੀ, ਕਿੱਥੋਂ ਆਏ ਹੋ ਤੁਸੀਂ, ਕੀ ਨਾਮ ਤੁਹਾਡਾ? ਥੋੜ੍ਹਾ ਉੱਚੀ ਬੋਲੋਗੇ ਜੀ, ਤੁਸੀਂ ਪੰਜਾਬ ਦੇ ਬਿਲਕੁਲ ਹੱਥੋਂ ਆਉਣਾ ਆਇਓ। ਹਾਂਜੀ ਜੀ ਜੀ, ਪਿੰਡ ਸਾਡਾ ਨਵਾਂ ਦਵਾਣਾ ਆ, ਰੈਣੇ ਤੋਂ ਰਹਿਣ ਵਾਲੇ, ਅਸੀਂ ਪੰਜਾਬ ਦਾ ਬੋਰਡਰ ਲੱਗਦਾ ਹੈ ਜੀ। ਕਦੋਂ ਆਏ ਸੀ ਦੁਬਈ? ਕਮ ਸੇ ਕਮ 1.5 ਸਾਲ ਤੋਂ ਆ ਰਹੇ ਜੀ। 1.5 ਸਾਲ ਤੋਂ ਆਏ ਹੋ? ਹਾਂਜੀ। ਕੀ ਕਰਨ ਆਏ ਸੀ ਇੱਥੇ? ਮਤਲਬ ਕਿ ਇਸ ਤਰ੍ਹਾਂ ਦੇ ਘਰਦੇ ਮਾਹੌਲ ਦੇਖ ਕੇ ਬਾਹਰ ਨਿਕਲਣਾ ਪਿਆ, ਜਿੱਦਾਂ ਨਸ਼ਾ ਪੱਤਿਆਂ ਤੋਂ ਜਿੱਦਾਂ ਮਾਹੌਲ ਸੀ ਇੱਥੇ, ਤਿੱਥੇ ਆ ਕੇ ਬਾਬਾ ਜਗਜੀਤ ਸਿੰਘ ਨਾਲ ਜੁੜਿਆ, ਗੁਰਬਾਣੀ ਨਾਲ ਜੁੜੇ। ਨਸ਼ੇ ਕਰਦੇ ਸੀ ਪਹਿਲੇ ਕੋਈ? ਹਾਂਜੀ, ਨਸ਼ੇ ਵਗੈਰਾ ਕਰਦੇ ਸੀ। ਕਿਹੜਾ ਨਸ਼ਾ ਕਰਦੇ? ਡਰਿੰਕ ਵਗੈਰਾ ਕਰਨਾ, ਉਸ ਤੋਂ ਬਾਅਦ ਵਗੈਰਾ ਇੱਦਾਂ ਨਸ਼ਾ ਕਰਦੇ ਸੀਗੇ। ਹੁਣ ਜਿਹੜੇ ਗੁਰਬਾਣੀ ਵਿਚਾਰ ਨਾਲ ਜੁੜੇ ਹਾਂ ਅਤੇ ਵਿਸਤਾਰ ਸਿੰਜਾਈ ਹੈ, ਅਤੇ ਹੌਲੀ ਹੌਲੀ ਆਪਣੇ ਮਨ ਤੋਂ ਦੂਰ ਹੁੰਦੇ ਜਾ ਰਿਹਾ। ਇਸੇ ਤਰ੍ਹਾਂ ਹੁਣ ਬਹੁਤ ਵਧੀਆ ਫੀਲ ਹੁੰਦਾ, ਠੀਕ ਲੱਗਦਾ। ਹਾਂਜੀ, ਦਸਤਾਰ ਆਪਸੀ ਹੋਣ ਲੱਗ ਗਿਆ? ਹਾਂਜੀ, ਦਸਤਾਰ 6 ਮਹੀਨੇ ਤੋਂ ਆਪਸ ਜਾ ਰਹੇ ਹਾਂ, ਹੁਣ ਜਿੱਦਾਂ ਇਹਨਾਂ ਸਮਝ ਆ ਰਹੀ ਹੈ, ਹੁਣ ਅੱਗੇ ਅੱਗੇ ਵੀਰਾਂ ਨੂੰ ਵੀ ਸਮਝਾਈ ਦਾ, ਅੱਗੇ ਵੀਰਾਂ ਦੇ ਸਿਰ 'ਤੇ ਸਜਾਈ ਦੀ ਹੈ। ਹੁਣ ਜ਼ਿੰਦਗੀ ਦੇ ਵਿੱਚ ਕੋਈ ਨਸ਼ਾ ਕਦੇ ਕੀਤਾ ਜਾਂ ਕਰਨਾ ਅੱਗੇ? ਨਹੀਂ, ਹੁਣ ਤਾਂ ਮਹਾਰਾਜ ਦੀ ਕਿਰਪਾ ਦੂਰ ਹੀ ਰੱਖੇ, ਘਰਦਿਆਂ ਤੋਂ ਵੀ ਦੂਰ ਹੈ, ਸਹੀ ਹੈ, ਨਸ਼ਾ ਹੁਣ ਦੂਰ ਹੈ। ਕੀ ਨਾਮ ਦੱਸਿਆ ਸੀ ਤੁਸੀਂ? ਮੈਂ ਜਤਿੰਦਰ ਸਿੰਘ। ਜਤਿੰਦਰ ਸਿੰਘ ਦੇ ਮਾਤਾ ਪਿਤਾ ਨੂੰ ਵੀ ਵਧਾਈ ਦੇਵਾਂਗੇ, ਕਿਉਂਕਿ ਬੱਚਾ ਸੁਧਰ ਚੁੱਕਿਆ ਜੀ ਤੁਹਾਡਾ, ਔਰ ਖੁਦ ਕਹਿ ਜਿਹੜਾ ਆਪਣੇ ਆਪ ਇੱਕ ਸਾਹਮਣੇ ਆ ਜਾਣਾ ਵੀ ਯਾਰ ਗਲਤੀ ਕੀਤੀ ਸੀ ਅਤੇ ਹੁਣ ਨਹੀਂ ਕਰਨੀ, ਉਹ ਵੱਡਾਪਣ ਹੁੰਦਾ ਹੈ, ਅਤੇ ਤੁਸੀਂ
ਆਏ ਹੋ, ਹਿੰਮਤ ਦਿਖਾਈ ਹੈ, ਬਹੁਤ ਸ਼ੁਕਰੀਆ ਤੁਹਾਤੋਂ। ਹੋਰ ਵੀ ਨੌਜਵਾਨ ਜਿਹੜੇ ਹੈਗੇ ਉਹ ਸੇਧ ਲੈਣਗੇ। ਅਤੇ ਤੁਹਾਡਾ ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਮੈਂ ਲੁਧਿਆਣੇ, ਖਾਸ ਲੁਧਿਆਣੇ ਦਾ ਰਹਿਣਾ ਜੀ। ਅਤੇ ਮੈਨੂੰ 3 ਸਾਲ ਹੋ ਗਏ ਦੁਬਈ ਦੇ ਵਿੱਚ ਆਏ ਨੂੰ। ਅੱਛਾ ਜੀ, ਕੀ ਕੰਮ ਕੀਤਾ ਹੁੰਦੇ ਸਾਰਾ? ਸਾਰਾ ਕੁਛ ਇੱਥੇ ਕਰਨਾ ਪਿਆ ਜੀ, ਮੈਂ ਇੰਡੀਆ 'ਚੋਂ ਕਦੇ ਨਹੀਂ ਕੰਮ ਕਰਕੇ ਦੇਖਿਆ ਜੀ, ਜੋ ਕੁਛ ਇੱਥੇ ਆ ਕੇ ਕਰਨਾ ਪਿਆ। ਬਹੁਤ ਮਿਹਨਤ ਕੀਤੀ ਗਰਮੀ ਦੇ ਵਿੱਚ, ਟੈਂਪਰੇਚਰ ਬਹੁਤ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਮਤਲਬ ਵਧੀਆ ਹੋ ਗਿਆ, ਚਲੋ ਤੁਹਾਨੂੰ ਹੱਥੀਂ ਕਾਰਜ ਕਰਨਾ ਤਾਂ ਆ ਗਿਆ। ਹਾਂਜੀ, ਮੈਂ ਘਰੋਂ ਬਾਹਰ ਨਹੀਂ ਨਿਕਲਿਆ ਸੀ ਕਦੇ, ਇੱਥੇ ਆ ਕੇ ਪਹਿਲੀ ਵਾਰ ਆਇਆ, 3 ਸਾਲ ਹੋ ਗਏ ਮੈਨੂੰ ਦੁਬਈ 'ਚ। ਤੁਸੀਂ ਤੇ ਨਸ਼ਾ ਪੱਤਾ ਕੋਈ ਕਰਦੇ ਸੀ? ਮੈਂ ਡਰਿੰਕ ਕਰਦਾ ਜੀ, ਡਰਿੰਕ ਬਹੁਤ ਜ਼ਿਆਦਾ ਕਰਨ ਲੱਗ ਗਏ ਸੀ ਇੱਥੇ। ਤੁਸੀਂ ਕਾਰਨ ਕੀ ਸੀ ਵੀ ਡਰਿੰਕ ਕਰਨ ਲੱਗ ਗਏ ਸੀ? ਟੈਂਸ਼ਨਾਂ ਘਰ ਤੋਂ ਬਾਹਰ ਆਇਆ ਸੀਗਾ। ਅਤੇ ਡਰਿੰਕ ਦਾ ਮਤਲਬ ਪੰਜਾਬ ਦੇ ਹਾਲਾਤ ਦਾ ਆਪਾਂ ਨੂੰ ਪਤਾ ਹੀ ਹੈ। ਪੰਜਾਬ ਦੇ ਵਿੱਚ ਵੀ ਮੇਰੇ ਫਰੈਂਡਸ ਜਿਹੜੇ ਸਰਕਲ ਚੱਲਦਾ ਪਿਆ, ਚਿੱਟਾ ਜੋ ਇੱਦਾਂ ਦੇ ਮਤਲਬ ਨਸ਼ੇ ਚੱਲਦੇ ਪਏ ਉੱਥੇ, ਇੱਥੇ ਆ ਕੇ ਜ਼ਿਆਦਾ ਹੋ ਗਿਆ ਸੀ ਮੈਨੂੰ ਕਰਨ ਲੱਗ ਗਿਆ। ਫਿਰ ਉੱਥੇ ਵੀਰ ਜੀ ਹੋਣਾ ਦਾ ਧੰਨਵਾਦ, ਬਾਬਾ ਜੁਝਾਰ ਸਿੰਘ ਦਸਤਾਰ ਕਲੱਬ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਜੋੜਿਆ। ਹੁਣ ਇਸ ਟਾਈਮ ਤੱਕ ਮੈਂ ਕੋਈ ਨਸ਼ਾ ਨਹੀਂ ਕਰਦਾ। ਹਾਂਜੀ, ਪਹਿਲੇ ਕੇਸ ਵਗੈਰਾ ਕਤਲ ਕਰਦੇ ਸੀਗੇ? ਹਾਂਜੀ, ਇੱਥੇ ਆ ਕੇ ਸਾਬਤ ਸੁਧਰ ਆਇਆ, ਹਲੇ 6 ਮਹੀਨੇ ਹੋਏ ਜੀ। ਦਸਤਾਰ ਲਹਿਰ ਦੇ ਨਾਲ ਜੁੜ ਕੇ? ਹਾਂਜੀ। ਕੀ ਸਿਖਾਉਂਦੇ ਨੇ ਅਜੇ ਹਾਲੇ ਤੁਹਾਨੂੰ, ਮਤਲਬ ਕਿ ਤੁਸੀਂ ਨਸ਼ਾ ਛੱਡ ਚੁੱਕੇ ਹੋ, ਵੀ ਅਸੀਂ ਵੀ ਤਾਂ ਕਿ ਪੰਜਾਬੀਆਂ ਨੂੰ ਵੀ ਪਤਾ ਲੱਗ ਜਾਵੇ? ਬਹੁਤ ਉਪਰਾਲੇ ਕਰ ਰਹੀਆਂ ਨੇ ਸਰਕਾਰਾਂ, ਤਾਂ ਕਹਿ ਰਹੀਆਂ ਨੇ ਅਸੀਂ ਉਪਰਾਲੇ ਕਰ ਰਹੇ ਹਾਂ, ਨਸ਼ੇ ਨਹੀਂ ਛੁੱਟ ਰਹੇ, ਮਾਵਾਂ ਅਤੇ ਪੁੱਤ ਮਾਰ ਰਹੀਆਂ, ਅਜਿਹਾ ਕੀ ਘੋੜ ਕੇ ਸਿਖਾ ਰਹੇ? ਮੇਰਾ ਖਿਆਲ ਤਾਂ ਹੈ ਨਹੀਂ ਜੀ ਹਾਲੇ ਤੱਕ ਕੋਈ ਉਪਰਾਲਾ ਕੀਤਾ ਹੋਵੇ ਪੰਜਾਬ ਸਰਕਾਰ ਨੇ, ਹਾਲੇ ਤੱਕ ਤਾਂ ਨਸ਼ਾ ਚੱਲਦੇ ਪਿਆ ਉੱਥੇ। ਜਿਸ ਤਰੀਕੇ ਨਾਲ ਇੱਥੇ ਸਮਝਾਇਆ ਜਾਂਦਾ, ਜੇ ਉੱਥੇ ਵੀ ਆਪਣੇ ਗੁਰਦੁਆਰਾ ਸਾਹਿਬ ਬਣੇ ਹੋਏ ਆ, ਜੇ ਸਮਝਾਇਆ ਜਾਵੇ, ਮੇਰੇ ਹਿਸਾਬ ਨਾਲ 99% ਨਸ਼ਾ ਜਾ ਸਕਦਾ। ਤਰੀਕਾ ਕਿਹੜਾ ਉਹ ਦੱਸ ਦਿਓ ਸਾਨੂੰ, ਮੰਤਰ ਤੋਂ ਦੱਸੋ ਨਾ, ਅਸੀਂ ਵੀ ਉੱਥੇ ਮਾਰੀਏ ਜਾ ਕੇ। ਵੀਰ ਜੀ ਉਹਨਾਂ ਦਾ ਤਰੀਕਾ ਸਮਝਾਉਣ ਦਾ ਬਹੁਤ ਸਹੀ ਹੈ, ਜਿਵੇਂ ਮਤਲਬ ਆਪਣੇ ਫੈਮਿਲੀ ਮੈਂਬਰਾਂ ਤਰ੍ਹਾਂ ਸਮਝਾਉਂਦੇ, ਜਿਵੇਂ ਭਰਾ ਇਹਨਾਂ ਦੇ ਛੋਟੇ, ਇਸ ਤਰੀਕੇ ਨਾਲ ਸਮਝਾਉਂਦੇ। ਇਸ ਤਰੀਕੇ ਦਾ ਮੈਂ ਇੰਨੇ ਸਾਲ ਹੋ ਗਏ ਪੰਜਾਬ 'ਚ ਕਿਸੇ ਨੇ ਨਹੀਂ ਸਮਝਾਇਆ। ਉੱਥੇ ਕੀ ਸੀ, ਕਦੇ ਗੁਰਦੁਆਰਾ ਸਾਹਿਬ ਬੈਠੇ ਤੱਕ ਨਹੀਂ ਸੀਗੇ, ਕਿ ਜਿੱਥੇ ਹੁਣ ਹਰ ਸ਼ੁੱਕਰਵਾਰ ਟਾਈਮ 'ਤੇ ਪਹੁੰਚੀਦਾ, ਆਪ ਹੀ ਉੱਠ ਗਿਆ ਜੀਦਾ ਵੀ ਕਲਾਸ ਲੱਗਣੀ ਹੈ, ਅੱਜ ਆਪ ਹੀ ਉੱਠ ਗਏ, ਨਾਲ ਸੇਵਾ ਨਿਭਾਈ ਦੀ ਹੈ, ਜਿੱਥੇ ਵੀਰ ਜੀ ਹੋਣੇ ਜਾਂਦੇ ਆ ਭੱਜ ਕੇ ਜਾਈਦਾ, ਚਾਹੇ ਰਾਤ ਹੋਵੇ ਚਾਹੇ ਦਿਨ ਹੋਵੇ। ਮੈਂ ਉਹ ਹਾਂ ਜਿਹੜਾ ਗੁਰਦੁਆਰਾ ਸਾਹਿਬ ਕਦੇ ਜਾ ਕੇ ਨਹੀਂ ਦੇਖਿਆ ਸੀਗਾ। ਅੱਛਾ ਜੀ, ਅਤੇ ਹੁਣ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹੋ, ਸੰਗਤ ਕਰਦੇ ਹੋ, ਸੰਗਤ ਦੇ ਵਿੱਚ ਬੈਠਦੇ ਹੋ, ਕਿਵੇਂ ਦਾ ਆਨੰਦ ਮਿਲਦਾ, ਕਿਵੇਂ ਮਹਿਸੂਸ ਕਰਦੇ? ਬਹੁਤ ਵਧੀਆ ਲੱਗਦਾ ਜੀ, ਬਹੁਤ ਚੰਗਾ ਲੱਗਦਾ ਵੀ ਮੇਰੇ ਭਰਾ ਹੀ ਆ ਜਿਹੜੇ ਬੈਠੇ ਹੁੰਦੇ ਆ, ਹਰ ਜਗ੍ਹਾ ਸਾਥ ਦਿੰਦੇ ਆ, ਬਹੁਤ ਜ਼ਿਆਦਾ ਸਾਥ ਦਿੰਦੇ ਆ ਵੀਰ ਜੀ ਹੋਣੇ ਦੇ, ਬਹੁਤ ਚੰਗੇ। ਬਹੁਤ ਸ਼ੁਕਰੀਆ ਮਨਦੀਪ ਜੀ ਕਰਦੇ। ਭਾਈ ਸਵਰਨਜੀਤ ਸਿੰਘ ਜੀ ਇੱਥੇ ਦਸਤਾਰ ਦੀ ਜਿਹੜੀ ਸਿਖਲਾਈ ਦੇ ਰਹੇ ਸੀਗੇ, ਔਰ ਕੁਛ ਨੁਕਤੇ ਨੌਜਵਾਨਾਂ ਨੂੰ ਪੁੱਛਾਂਗੇ ਵੀ ਬਈ ਕਿਵੇਂ ਜਿਹੜੀ ਹੈਗੀ ਹੈ ਘਰ ਬੈਠੇ ਹੀ ਤੁਸੀਂ ਦਸਤਾਰ ਸਿੱਖ ਸਕੋ, ਔਰ ਕੁਛ ਗੱਲਾਂ ਮੈਂ ਵੀ ਨੋਟ ਕੀਤੀਆਂ ਜਦੋਂ ਦੱਸਦੇ ਸੀ, ਤਾਂ ਮੇਰੇ ਮਨ ਦੇ ਵਿੱਚ ਉਹ ਸਵਾਲ ਵੀ ਹੈਗੇ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। ਕਿੱਥੋਂ ਬਿਲੋਂਗ ਕਰਦੇ? ਵੀਰ ਗੁਰਦਾਸਪੁਰ ਬਟਾਲਾ। ਕਦੋਂ ਤੋਂ ਦਸਤਾਰ ਸਿਖਲਾਈ ਜਿਹੜੀ ਕਿਵੇਂ ਸਿਖਾਉਂਦੇ ਹੋ, ਸਿਖਾ ਰਹੇ ਹੋ? ਵੀਰ ਜੀ ਤਕਰੀਬਨ 5 ਸਾਲ ਹੋ ਗਏ ਅਤੇ ਲਹਿਰ ਨਾਲ ਜੁੜਿਆ ਹੋਇਆ ਜੀ। ਅਤੇ ਦਸਤਾਰ ਕਰ, ਚਲੋ ਆਪਾਂ ਤਾਂ ਪਹਿਲਾਂ ਵੀ ਸਜਾਉਂਦੇ ਸੀਗੇ ਜੀ, ਲੇਕਿਨ ਇਹ ਸੁਭਾਗ ਹੈ ਸਾਡਾ ਵੀ ਚਲੋ ਆਪਣੇ ਜਿੰਨੇ ਵੀਰ ਨੇ ਸਾਰੇ ਜੀ ਮੌਕਾ ਬਣਿਆ 5 ਸਾਲ ਤੋਂ, ਅਤੇ ਆਈ ਦੀ ਦਸਤਾਰ ਕਲਾਸ ਹਾਜ਼ਰ ਭਰੀ ਦੀ ਹੈ, ਅਤੇ ਬੜੇ ਨੁਕਤੇ ਇੱਥੋਂ ਵੀ ਸਿੱਖਣ ਨੂੰ ਮਿਲੇ ਆ। ਇਹ ਨਹੀਂ ਕਿ ਅਸੀਂ ਹੁਣ ਜੇ ਸਿਖਾਉਂਦੇ ਹਾਂ ਤਾਂ ਸਾਨੂੰ ਆਉਂਦੇ ਸੀ, ਸਾਨੂੰ ਕੁਛ ਨਹੀਂ ਸੀ ਆਉਂਦਾ, ਅਸੀਂ ਵੀ ਇੱਥੇ ਵੀਰਾਂ ਕੋਲ ਸਿੱਖੇ। ਪੱਗ ਆਮ ਤੌਰ 'ਤੇ ਨੌਜਵਾਨ ਜਿਹੜੇ ਹੈਗੇ ਉਹ ਗਿੱਲੀ ਕਰਕੇ ਬੰਨ੍ਹਦੇ ਆ, ਮੈਂ ਵੀ ਬੰਨ੍ਹਦਾ, ਤੁਸੀਂ ਇੱਥੇ ਕਿਹਾ ਸੀ ਕੁਛ ਕਿ ਗਿੱਲੀ ਕਰਨ ਦੇ ਨਾਲ ਕੀ ਹੁੰਦਾ ਜਾਂ ਸੁੱਕੀ ਪੱਗ ਕਿਵੇਂ ਬੰਨ੍ਹੀ ਜਾ ਸਕਦੀ? ਸੁੱਕੀ ਪੰਜ ਜਿਹੜੀ ਪੱਗ ਜਿਹੜੀ ਫੁੱਲ ਵਾਇਰ ਦੀ ਪੱਗ ਆ, ਉਹਨੂੰ ਆਪਾਂ ਇਸ ਤਰ੍ਹਾਂ ਵੀ ਬਿਨਾਂ ਪਾਣੀ ਤੋਂ ਵੀ ਬੰਨ੍ਹ ਸਕਦੇ ਹਾਂ, ਅਤੇ ਜਿਹੜੀ ਪਾਣੀ ਲਾ ਕੇ ਜ਼ਿਆਦਾ ਪਾਣੀ ਆਪਾਂ ਜਦੋਂ ਲਾ ਦਿੰਦੇ ਹਾਂ, ਹੁਣ ਜਿਹੜੇ ਵੀਰ ਅਣਜਾਣ ਨੇ ਜਿਸ ਤਰ੍ਹਾਂ ਜਿਹੜੇ ਨਵੇਂ ਸਿੱਖਣ ਵਾਲੇ,
ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ। ਚਲੋ ਆਪਾਂ ਵੀ ਜਦੋਂ ਸਿੱਖਣ ਵਾਲੇ ਸੀ ਸਾਨੂੰ ਵੀ ਨਹੀਂ ਸੀ ਪਤਾ, ਇੱਥੇ ਆਣ ਕੇ ਪਤਾ ਲੱਗਾ, ਵੀਰਾਂ ਨੇ ਦੱਸੀਆਂ ਸਾਨੂੰ ਪਤਾ ਲੱਗੀਆਂ ਅਤੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਅੱਗੇ ਸ਼ੇਅਰ ਕਰਦੇ ਸਾਰਿਆਂ ਨੂੰ ਸਾਂਝ ਵਾਲੇ। ਇਹ ਜ਼ਿਆਦਾ ਜਦੋਂ ਗਿੱਲੀ ਹੋ ਜਾਂਦੀ ਹੈ ਫਿਰ ਜਦੋਂ ਘੁੱਟ ਕੇ ਆਪਾਂ ਸਜਾ ਲੈਂਦੇ ਹਾਂ, ਉਸ ਤੋਂ ਬਾਅਦ ਜਦੋਂ ਸੁੱਕ ਜਾਂਦਾ ਕੱਪੜਾ ਫਿਰ ਇਹ ਟਾਈਟ ਹੋ ਜਾਂਦਾ, ਫਿਰ ਜਿਹੜਾ ਸਾਡਾ ਸਿਰ ਹੈ ਦਰਦ ਕਰਨ ਦਾ, ਕੰਨ ਜਿਹੜਾ ਦਰਦ ਕਰਨਾ। ਅਤੇ ਆਖਰੀ ਲੜ ਪੱਗ ਦਾ ਕਿਵੇਂ ਪਤਾ ਲੱਗੇ ਵੀ ਪੂਰਾ ਆਏਗਾ ਜਾਂ ਨਹੀਂ ਆਏਗਾ? ਇਹ ਨੁਕਤੇ ਨੇ ਵੀਰ ਜੀ ਜਿਹਦੇ 'ਤੇ ਸਜਾ ਲੈਂਦੇ ਨੇ ਸਿੰਘ ਆਪਣੇ ਆਪ, ਉਹਨਾਂ ਨੂੰ ਤਾਂ ਵੈਸੇ ਪਤਾ ਲੱਗ ਜਾਂਦਾ ਆ ਕਿਸ ਤਰ੍ਹਾਂ ਪੂਰਾ ਹੋਣਾ। ਬਾਕੀ ਜਿਸ ਤਰ੍ਹਾਂ ਵੀਰਾਂ ਕੋਲ ਸਿੱਖਿਆ ਸੀਗਾ ਕਿ ਜਿਹੜਾ ਆਖਰੀ ਲੜ ਜਿਹੜਾ ਰਹਿੰਦਾ ਆ ਉਹ ਜਦੋਂ ਆਪਣੀ ਗੋਡੇ ਦੀ ਚੱਪਣੀ ਨੂੰ ਕਰੋਸ ਕਰ ਜਾਂਦਾ ਜੀ, ਅਤੇ ਉਹ ਤਕਰੀਬਨ ਸਮਝੀਏ ਆਪਾਂ ਕਿ ਉਹ ਬਰਾਬਰ ਆ ਜਾਂਦਾ। ਜੇ ਵੱਧ ਹੈ ਤਾਂ ਵੱਧ ਵੀ ਸਕਦਾ, ਜੇ ਉੱਪਰ ਆ ਜਿਹੜਾ ਵੱਧ ਗਿਆ, ਜਿੰਨਾ ਵੱਧ ਗਿਆ ਉਹ ਕਹਿ ਲਓ ਤੁਸੀਂ ਵੀ ਆਪਣੇ ਉੱਪਰ ਲੜ ਤੋਂ ਅਗਲੇ ਤੋਂ ਫਾਲਤੂ ਹੀ ਆ, ਉੱਥੋਂ ਆਪਾਂ ਆਈਡੀਆ ਲਾ ਸਕਦੇ ਹਾਂ ਕਿ ਇਹ ਸਾਡਾ ਲੜ ਜਿਹੜਾ ਪੂਰਾ ਆ ਰਿਹਾ ਜਾਂ ਛੋਟਾ ਹੋ ਰਿਹਾ। ਬਹੁਤ ਸ਼ੁਕਰੀਆ ਜੀ, ਤੁਸੀਂ ਸਿਖਲਾਈ ਦੇ ਰਹੇ ਹੋ, ਤੁਸੀਂ ਵੀ ਵਧਾਈ ਦੇ ਪਾਤਰ। ਨਹੀਂ ਜੀ, ਥੈਂਕ ਯੂ, ਮਿਹਰਬਾਨੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਭਾਗ ਸਿੰਘ ਜੀ, ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਹੈ, ਇਹ ਵੀਰ ਸਾਡੇ ਜਿਹੜੇ ਹੈਗੇ ਗਲਤ ਰਾਹ ਪੈ ਗਏ ਸੀਗੇ, ਪਰ ਹੁਣ ਇਹ ਨਾਮ ਤੁਹਾਡਾ ਵੀ ਵਿੱਚ ਜ਼ਿਕਰ ਕਰ ਰਹੇ, ਚਲੋ ਜ਼ਰੀਆ ਪਰਮਾਤਮਾ ਨੇ ਬਣਾਇਆ ਜੀ, ਪਰ ਕਿਵੇਂ ਦਾ ਮਹਿਸੂਸ ਕਰਦੇ ਹੋ ਇਹ ਸਹੀ ਰਸਤੇ 'ਤੇ ਆ? ਮੇਰੇ ਹਿਸਾਬ ਨਾਲ ਜੀ ਵੀ ਇੱਦੋਂ ਵੱਡੀ ਖੁਸ਼ਕਿਸਮਤੀ ਨਹੀਂ ਹੋ ਸਕਦੀ ਅਤੇ ਪਰਮਾਤਮਾ ਦੇ ਦਰ ਤੋਂ ਇੱਦੋਂ ਵੱਡੀ ਬਖਸ਼ਿਸ਼ ਨਹੀਂ ਹੋ ਸਕਦੀ ਜਦੋਂ ਵਾਹਿਗੁਰੂ ਤੁਹਾਨੂੰ ਸੇਵਾ ਬਖਸ਼ਦਾ ਆ, ਜਦੋਂ ਪੰਜਾਬ ਵੀ ਜਾਈਦਾ, ਪਰਿਵਾਰਾਂ ਨੂੰ ਮਿਲੀਦਾ, ਉਹਨਾਂ ਮਾਵਾਂ ਨੂੰ ਮਿਲੀਦਾ ਆ, ਅਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਆ ਵੀ ਅਸੀਂ ਆਪਦੇ ਪੁੱਤ ਨੂੰ ਪੈਸਾ ਕਮਾਉਣ ਲਈ ਇਕੱਲਾ ਭੇਜਿਆ ਸੀ ਦੁਬਈ ਵਿੱਚ, ਪਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਵੀ ਸਾਡਾ ਪੁੱਤ ਕੇਵਲ ਇਸ ਪੈਸੇ ਦੇ ਨਾਲ ਨਾਲ ਆਪਣਾ ਜੀਵਨ ਵੀ ਸਵਾਰ ਕੇ ਆਇਆ। ਬਹੁਤ ਸਾਰੀਆਂ ਮਾਵਾਂ ਸਾਡੇ ਸਾਹਮਣੇ ਰੋਈਆਂ ਵੀ ਆ, ਉਹਨਾਂ ਨੇ ਪਿਆਰ ਭਾਵਨਾ 'ਚ ਉਹਨਾਂ ਦੇ ਹੰਝੂ ਵੀ ਨਿਕਲੇ ਆ, ਉਹਨਾਂ ਦੇ ਅੰਦਰ ਇੰਨਾ ਪਿਆਰ ਜਾਗਿਆ ਆ। ਅਤੇ ਜਦੋਂ ਕੋਈ ਧੰਨਵਾਦ ਦੇ ਵਜੋਂ ਤੁਹਾਡੇ ਸਾਹਮਣੇ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ ਆ, ਬਖਸ਼ਿਸ਼ ਤਾਂ ਗੁਰੂ ਦੀ ਆ, ਰਹਿਮਤ ਤਾਂ ਉਹਦੀ ਆ, ਇੱਦੋਂ ਵੱਡੀ ਮੇਰੇ ਲਈ ਕੋਈ ਦੌਲਤ ਨਹੀਂ ਹੈਗੀ। ਜਦੋਂ ਮਾਵਾਂ ਦੀਆਂ ਦੁਆਵਾਂ ਅਸੀਸਾਂ, ਭੈਣਾਂ ਅਸੀਸਾਂ ਦਿੰਦੀਆਂ, ਬੱਚੇ ਅਸੀਸਾਂ ਦਿੰਦੇ ਆ, ਜਿਨ੍ਹਾਂ ਦਾ ਪੁੱਤ ਦਲਦਲ ਵਿੱਚੋਂ ਨਿਕਲ ਕੇ ਇੱਕ ਚੰਗਾ ਜੀਵਨ ਜਿਉਂਦਾ ਆ, ਇਹ ਵਾਹਿਗੁਰੂ ਦੇ ਘਰ ਤੋਂ ਮਿਲਿਆ ਹੋਇਆ ਸਭ ਤੋਂ ਵੱਡਾ ਖਜ਼ਾਨਾ, ਸਭ ਤੋਂ ਵੱਡਾ ਅਸੀਸ ਹੈ। ਅਤੇ ਉਹਦੇ ਚਰਨਾਂ 'ਚ ਇਹੀ ਅਰਦਾਸ ਕਰੀਦੀ ਹੈ ਵੀ ਮਹਾਰਾਜ ਨਿਰਪੱਖਤਾ ਦੇ ਨਾਲ, ਭਾਵਨਾ ਨਾਲ ਇਹ ਕਾਰਜ ਤੁਸੀਂ ਆਪ ਕਰਾਉਂਦੇ ਰਹੋ, ਕਿਉਂਕਿ ਅਸੀਂ ਆਪ ਵੀ ਇੰਨੀ ਜੋਗੇ ਨਹੀਂ, ਸਾਡਾ ਵੀ ਪਰਿਵਾਰਾਂ ਦਾ ਪਿਛੋਕੜ ਕੋਈ ਬਹੁਤਾ ਐਡਾ ਧਾਰਮਿਕ ਨਹੀਂ ਰਿਹਾ, ਅਤੇ ਉਹਦੀ ਮਿਹਰ ਕਿਰਪਾ ਕਰਕੇ ਜਿਹੜੀ ਉਹਨੇ ਵਾਹਿਗੁਰੂ ਨੇ ਡਿਊਟੀ ਲਾਈ ਆ, ਬੜੀ ਖੁਸ਼ੀ ਹੁੰਦੀ ਆ। ਮਤਲਬ ਉਹ ਅਹਿਸਾਸ ਹੈ ਜਿਹੜੇ ਸ਼ਬਦਾਂ ਨਾਲ ਬਿਆਨ ਨਹੀਂ ਕੀਤੇ ਜਾ ਸਕਦੇ। ਜਦੋਂ ਇਹਨਾਂ ਵੀਰਾਂ 'ਚ ਵਿਚਰੀਦਾ, ਇਹਨਾਂ ਦੇ ਪਰਿਵਾਰਾਂ 'ਚ ਜਾਈਦਾ, ਉਹਨਾਂ ਮਾਵਾਂ ਨੂੰ ਮਿਲੀਦਾ, ਉਹਨਾਂ ਭੈਣਾਂ ਨੂੰ ਮਿਲੀਦਾ ਆ, ਉਦੋਂ ਉਹਨਾਂ ਦੇ ਅੱਖਾਂ 'ਚੋਂ ਡਿੱਗਦੇ ਹੰਝੂ ਵੇਖ ਕੇ ਸਾਡਾ ਵੀ ਮਨ ਭਾਰ ਆਉਂਦਾ ਵੀ ਵਾਹਿਗੁਰੂ ਸਮੁੱਚੇ ਜਗਤ ਦੀਆਂ ਮਾਵਾਂ ਨੂੰ ਤੰਦਰੁਸਤੀ ਬਖਸ਼ੇ, ਸਮੁੱਚੇ ਭੈਣਾਂ ਦੇ ਵੀਰਾਂ ਨੂੰ ਨਸ਼ਿਆਂ ਤੋਂ, ਭੈੜੀਆਂ ਆਦਤਾਂ ਤੋਂ ਰਹਿਤ ਰੱਖੀ, ਆਪਦਾ ਸੋਹਣਾ ਜੀਵਨ ਜਿਉਂ ਸਕਣ। ਬਹੁਤ ਵਧੀਆ ਲੱਗਦਾ, ਬਹੁਤ ਖੁਸ਼ੀ ਮਿਲਦੀ। ਬਹੁਤ ਸ਼ੁਕਰੀਆ। ਅਤੇ ਇਹਨਾਂ ਨੌਜਵਾਨ, ਜਿੱਥੇ ਇਹ ਨੌਜਵਾਨ ਵੀਰ ਦਸਤਾਰਾਂ ਸਜਾ ਰਹੇ ਸੀ, ਤਾਂ ਇੱਕ ਬਹੁਤ ਵੱਡੀ ਉਮਰ ਦਾ ਇੱਕ ਹੋਰ ਵਿਅਕਤੀ ਹੈਗਾ ਜਿਹਨੇ ਦਸਤਾਰ ਸਜਾਈ ਹੈ, ਉਮਰ ਕਾਫੀ ਜ਼ਿਆਦਾ ਹੈ, ਅਤੇ ਉਹ ਦਰਸ਼ਨ ਵੀ ਕਰਾ ਦਿੰਦੇ ਹਾਂ ਤੁਹਾਨੂੰ ਸਿੰਘ ਸਾਹਿਬ ਜੀ ਦੇ। ਆਹ ਦੇਖੋ ਜੀ, ਇਹ ਭਚੰਗੀ ਨੇ ਜੀ, ਕੀ ਨਾਮ ਹੈ ਜੀ? ਕਰਨਦੀਪ ਸਿੰਘ। ਅੱਛਾ, ਕਿੱਥੋਂ ਆਏ ਤੁਸੀਂ? ਇੰਡੀਆ। ਇੰਡੀਆ ਤੋਂ? ਅੱਛਾ, ਇੱਥੇ ਪੱਗ ਕਿਹਨੇ ਬੰਨੀ ਤੁਹਾਡੀ? ਉਹਨਾਂ ਨੇ। ਅੱਛਾ, ਉਹਨਾਂ ਨੂੰ ਤਾਂ ਅਸੀਂ ਦੇਖ ਨਹੀਂ ਸਕਦੇ, ਚਲੋ ਅਸੀਂ ਬਾਅਦ ਦੇ ਵਿੱਚ ਦਿਖਾ ਦਿੰਦੇ ਹਾਂ। ਕਿੰਨੇ ਲੜ ਹੈ ਤੁਹਾਡੀ ਪੱਗ ਦੇ? ਸਿਕਸ। ਵੈਰੀ ਗੁੱਡ, 6 ਲੜੀ ਪੱਗ ਬੰਨੀ ਹੋਈ ਹੈ। ਕਿਹੜੀ ਪੱਗ ਕਹਿੰਦੇ ਇਹਨੂੰ? ਯੈਲੋ।
ਯੈਲੋ ਤਾਂ ਹੈ, ਕਲਰ ਹੈ ਇਹਦੇ, ਮਤਲਬ ਕਿ ਸਟਾਈਲ ਕਿਹੜਾ ਹੈ, ਮੋਰਨੀ ਹੈ, ਪਟਿਆਲਾ ਸ਼ਾਹੀ ਹੈ, ਕੁਛ ਪਤਾ ਇਹਦਾ? ਅੱਛਾ ਇਹਦਾ ਪਤਾ ਨਹੀਂ। ਅੱਛਾ ਕੀ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਤੁਸੀਂ? UKG। ਨੌਲੇਜ ਬਹੁਤ ਹੈ ਤੁਹਾਨੂੰ, ਕਿੱਥੋਂ ਮਿਲੀ ਹੈ? ਸਕੂਲ ਤੋਂ। ਅੱਛਾ ਪਾਠ ਵੀ ਆਉਂਦਾ ਹੈਗਾ ਤੁਹਾਨੂੰ? ਦੱਸੋ ਕਿਹੜਾ? ਅੱਛਾ ਮੂਲ ਮੰਤਰ ਦਾ ਇੱਕ ਓਅੰਕਾਰ, ਹੈ ਨਾ? ਚਲੋ ਸੁਣਾਓ। ਏਕੰਕਾਰ ਸਤਨਾਮ ਕਰਤਾ ਪੂਰਾ ਨਿਰਭਉ ਨਿਰਵੈਰ ਨਿਰਕਾਲ ਮੂਰਤਿ ਚੋਨੀ ਸਾਹਿਬ ਗੁਰ ਪ੍ਰਸਾਦ ਜਪ ਸਚ ਦੁਰਗਾ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਸੋਚੇ ਸੋਚ ਨਾ ਹੋਵੇ ਸੋਚੀ ਲਿਖਵਾਰ ਚੁੱਪ ਚੁੱਪ ਨਾ ਹੋਵੇ ਜਲਾਏ ਲਿਖਵਾਰ ਉੱਤਿਆਂ ਉੱਤ ਨਾ ਉਤਰੀ ਜੇ ਬੰਨਾ ਪੂਰੀਆ ਭਾਰ ਸਿਆ ਸਿਆ ਕਰ ਹੋਵੇ ਟੇਕ ਨਾ ਚੱਲੇ ਨਾਲ। ਸੋ ਜਿਹੜੇ ਪਰਮਾਤਮਾ ਹੈਗਾ, ਜੇ ਕੋਈ ਗਲਤੀ ਹੋ ਵੀ ਜਾਵੇ ਬੱਚਿਆਂ ਦੀ ਬਖਸ਼ ਲਈ ਜਾਂਦੀ ਹੈ। ਔਰ ਜਦੋਂ ਜੋਨੀ ਜੋਨੀ ਯਸ ਪਾਪਾ ਸਿਖਾਉਣ ਦੇ ਨਾਲੋਂ ਜੇ ਅਸੀਂ ਇਹ ਆਪਣੇ ਬੱਚਿਆਂ ਦੇ ਜਪਜੀ ਸਾਹਿਬ ਦੀ ਬਾਣੀ, ਜਿਵੇਂ ਭਾਈ ਪ੍ਰਗਟ ਸਿੰਘ ਜੀ ਨੇ ਵੀ ਕਿਹਾ ਸੀ ਕਿ ਜਪਜੀ ਸਾਹਿਬ ਜੇ ਸਾਡੇ ਘਰਾਂ ਦੇ ਵਿੱਚ ਆ ਜਾਵੇ ਤਾਂ ਸ਼ਾਇਦ ਨਸ਼ੇੜੀ ਜਿਹੜੇ ਪੈਦਾ ਹੀ ਨਹੀਂ ਹੋਣਗੇ। ਨਸ਼ਾ ਕਿੰਨਾ ਵੀ ਸਾਨੂੰ ਨਸ਼ੇੜੀ ਨਸ਼ਾ ਤਸਕਰ ਸਾਨੂੰ ਕਿੰਨਾ ਵੀ ਪ੍ਰਭਾਵਿਤ ਕਰ ਲੈਣ, ਪਰ ਜਦੋਂ ਸਾਡੇ ਅੰਦਰ ਜਪਜੀ ਹੈ, ਸਾਡੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅੰਦਰ ਸਮਾਈ ਹੋਈ ਹੈ, ਫਿਰ ਕੋਈ ਵੀ ਅਜਿਹੀ ਵਸਤੂ ਨਹੀਂ ਹੈਗੀ ਜਿਹੜੀ ਸਾਨੂੰ ਗਲਤ ਰਾਹ 'ਤੇ ਲੈ ਜਾਵੇ। ਸੋ ਇਸ ਲਈ ਕਹਿੰਦੇ ਹਾਂ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜੁੜੋ, ਸਿਰਫ ਪੜ੍ਹੋ ਨਾ, ਉਹਨੂੰ ਸਮਝੋ ਬਾਣੀ ਕੀ ਕਹਿੰਦੀ ਹੈ। ਜਦੋਂ ਇਹ ਸਮਝ ਆ ਜਾਵੇਗੀ ਤਾਂ ਅਸੀਂ ਸੱਚਮੁੱਚ ਆਪਣੇ ਜੀਵਨ ਸੁਧਾਰ ਸਕਦੇ। ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਦੁਬਈ, ਪੰਜਾਬੀ ਲੋਕ ਡਿਵੋਸ਼ਨਲ ਚੈਨਲ।